ਇੱਕ ਪਿਤਾ ਨੇ ਆਪਣੇ ਹੀ ਪੁੱਤ ਦਾ ਕਤਲ ਕਰ ਦਿੱਤਾ, ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹੀ ਨਹੀਂ, ਜਿਸ ਬੱਚੇ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਉਸ ਦਾ ਇੱਕ ਦਿਨ ਬਾਅਦ ਹੀ ਜਨਮ ਦਿਨ ਸੀ ਤੇ ਬਰਥਡੇ ਤੋਂ ਇੱਕ ਦਿਨ ਪਹਿਲਾਂ ਹੀ ਉਸ ਦੇ ਮਤਰੇ ਪਿਤਾ ਨੇ ਸੌਤੇਲੇ ਪਿਤਾ ਦੇ ਵੱਲੋਂ ਆਪਣੇ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਦੱਸਿਆ ਇਹ ਜਾ ਰਿਹਾ ਹੈ ਕਿ ਗੁਰਪ੍ਰੀਤ ਸਿੰਘ ਦਾ ਦੂਜਾ ਵਿਆਹ ਸੀ ਅਤੇ ਉਸ ਦੀ ਦੂਜੀ ਪਤਨੀ ਦੇ ਦੋ ਬੱਚੇ ਸਨ, ਇੱਕ ਬੇਟਾ ਤੇ ਇੱਕ ਬੇਟੀ, ਅਤੇ ਉਹ ਉਹਨਾਂ ਦੇ ਨਾਲ ਖਾਰ ਖਾਂਦਾ ਸੀ ਅਤੇ ਪੁੱਤ ਦੇ ਨਾਲ ਵਿਤਕਰਾ ਕਰਦਾ ਸੀ। ਦੱਸਿਆ ਇਹ ਜਾ ਰਿਹਾ ਹੈ ਕਿ ਗੁਰਪ੍ਰੀਤ ਸਿੰਘ ਆਕਾਸ਼ਦੀਪ ਸਿੰਘ ਨੂੰ ਸਕੂਲ ਤੋਂ ਲਿਆਇਆ ਤੇ ਘਰ ਲਿਆ ਕੇ ਉਸਨੇ 11 ਸਾਲ ਦੇ ਆਪਣੇ ਪੁੱਤ ਦਾ ਕਤਲ ਕਰ ਦਿੱਤਾ। ਅਕਸਰ ਹੀ ਉਹ ਘਰ ਦੇ ਵਿੱਚ ਲੜਾਈ ਝਗੜਾ ਕਰਦਾ ਸੀ ਤੇ ਹਾਲਾਂਕਿ ਆਕਾਸ਼ਦੀਪ ਸਿੰਘ ਜੋ 11 ਸਾਲ ਦਾ ਹੈ ਆਪਣੇ ਨਾਨਕੇ ਰਹਿੰਦਾ ਸੀ, ਪਰ ਜਾਣਬੁੱਝ ਕੇ ਗੁਰਪ੍ਰੀਤ ਸਿੰਘ ਜੋ ਉਸਦਾ ਸੌਤੇਲਾ ਪਿਤਾ ਏ ਉਹ ਉਸਨੂੰ ਆਪਣੇ ਨਾਲ ਘਰ ਲੈ ਆਇਆ ਤੇ ਉੱਥੇ ਆ ਕੇ ਉਸਨੇ ਇਲਜ਼ਾਮ ਇਹ ਨੇ ਕਿ ਪਹਿਲਾਂ ਜ਼ਹਿਰੀਲੀ ਵਸਤ ਦਿੱਤੀ ਤੇ ਬਾਅਦ ਦੇ ਵਿੱਚ ਉਸਦਾ ਗਲਾ ਘੁੱਟ ਕੇ ਉਸਦਾ ਕਤਲ ਕਰ ਦਿੱਤਾ ਤੇ ਹੁਣ ਪੁਲਿਸ ਨੇ ਕਾਤਲ ਪਿਤਾ ਨੂੰ ਕਾਬੂ ਕਰ ਲਿਆ ਏ। ਹਾਲਾਂਕਿ ਇਲਜ਼ਾਮ ਇਹ ਵੀ ਨੇ ਕਿ ਗੁਰਪ੍ਰੀਤ ਸਿੰਘ ਦੇ ਨਾਲ ਇਸ ਕਤਲ ਦੇ ਵਿੱਚ ਕੁਝ ਹੋਰ ਲੋਕ ਵੀ ਸ਼ਾਮਲ ਸੀ ਜਿਨ੍ਹਾਂ ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ, ਪਰ ਇੱਕ 11 ਸਾਲ ਦੇ ਬੱਚੇ ਨੂੰ ਜਿਸ ਦਾ ਇੱਕ ਦਿਨ ਬਾਅਦ ਹੀ ਬਰਥਡੇ ਸੀ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ, ਉਹ ਵੀ ਕਿਸੇ ਹੋਰ ਵੱਲੋਂ ਨਹੀਂ ਉਸ ਦੇ ਹੀ ਪਿਤਾ ਵੱਲੋਂ। ਹਾਲਾਂਕਿ ਇਹ ਪਿਤਾ ਸੌਤੇਲਾ ਸੀ, ਜਾਨੀ ਕਿ ਦੂਜੀ ਪਤਨੀ ਦਾ ਇਹ ਪੁੱਤਰ ਸੀ। ਤੇ 2:30 ਵਜੇ ਦੇ ਵਿਚਾਲੇ ਉਹ ਬੱਚਾ ਸਕੂਲੋਂ ਲੈ ਕੇ ਆਇਆ ਬੱਚੇ ਨੂੰ ਤੇ ਉਦੋਂ ਬਾਅਦ ਇਹਨੇ ਇਹ ਕਾਰਵਾਈ ਕੀਤੀ ਹੈ। ਘਰੇ ਲਿਆ ਕੇ ਉਹਨੇ ਕੁਛ ਖਿਲਾ ਖਵਾਇਆ ਪਿਆ ਹੈਗਾ, ਕੁੱਟਮਾਰ ਕਰੀ ਹੈ ਬੱਚੇ ਦੀ ਤੇ ਬੱਚਾ ਸਰੀਰ ਪੂਰਾ ਨੀਲਾ ਹੋਇਆ ਪਿਆ ਹੈਗਾ। ਠੀਕ ਹੈ ਜੀ, ਅਤੇ ਅਸੀਂ ਤਾਂ ਪ੍ਰਸ਼ਾਸਨ ਮੂਹਰੇ ਇਹੀ ਮੰਗ ਕਰਦੇ ਹਾਂ ਵੀ ਉਹ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਜਿਹੜੇ ਵਿੱਚੋਂ ਉਹਦੇ ਇਨਵੋਲਵ ਬੰਦੇ 4 ਹੈ 5 ਹੈ ਅਤੇ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ। ਅੱਛਾ, ਇਹ ਬੱਚਾ ਕੀ ਲੱਗਦਾ ਕੀ ਸੀ ਗੁਰਪ੍ਰੀਤ ਦਾ? ਉਹ ਉਹਦਾ ਬੇਟਾ ਸੀਗਾ ਜੀ। ਹਾਂਜੀ ਹਾਂਜੀ ਹਾਂਜੀ, ਸੌਤੇਲਾ ਸੀਗਾ ਜੀ ਬੇਟਾ ਉਹਦਾ, ਅਤੇ ਆਪਦਾ ਚਲੋ ਜਿਹੜਾ ਆਪਦਾ ਖੂਨ ਸੀਗਾ ਉਹਨੂੰ ਤਾਂ ਚਲੋ ਪਿੰਡ ਛੱਡਿਆ ਪਹਿਲਾਂ ਭੱਲਣ ਵਾਲੇ, ਉਦੋਂ ਬਾਅਦ ਆ ਕੇ ਅਤੇ ਇਸ ਬੰਦੇ ਇਹ ਬੰਦਾ ਨਸ਼ਾ ਵੀ ਕਰਦਾ ਸੀਗਾ, ਇਹ ਸਿਰਫ ਨਸ਼ੇ ਦੀ ਉਸ ਕਰਕੇ ਮੰਨਦੇ ਓਵਰਡੋਜ਼ ਕਰਕੇ ਮੰਨ ਲਓ ਇਹਨੇ ਇਹ ਕਦਮ ਚੱਕਿਆ ਅਤੇ ਬੱਚੇ ਦੀ ਕੁੱਟਮਾਰ ਵੀ ਹੋਈ ਹੈ ਅਤੇ ਗਲੀ ਵਾਲੇ ਵੀ ਹੈਗੇ ਨੇ ਸਾਰੇ, ਉਹ ਹੈ ਗਵਾਹ ਹੈ ਸਾਰੇ। ਗੱਲ ਇਸ ਤਰ੍ਹਾਂ ਜੀ, ਪਹਿਲਾਂ ਕੁੜੀ ਦੇ ਵਿਆਹੀ ਹੋਈ ਸੀ ਹੋਰ ਕਿਤੇ ਜੀ, ਉੱਥੋਂ ਇਹਦਾ ਤਲਾਕ ਹੋ ਗਿਆ ਸੀ, 2 ਬੱਚੇ ਪਹਿਲਾਂ ਦੇ ਸੀ, ਇੱਕ ਲੜਕੀ ਅਤੇ ਇੱਕ ਲੜਕਾ ਜੀ। ਇਹਦੇ ਦੂਜੀ ਵਾਰ ਫਿਰ ਇਹਨਾਂ ਨੇ ਕਰਕੇ ਸੈਟਿੰਗ ਕਾਪੀ ਇੱਥੇ ਵਿਆਹਤੀ ਸੀ ਕੁੜੀ ਇਹ ਦੂਜੇ ਦੇ, ਇਹਦੇ ਮਤਲਬ ਇੱਕ ਲੜਕਾ ਇਹਦਾ ਹੈਗਾ, ਇਹਨੇ ਆਪਦਾ ਲੜਕਾ ਸਾਈਡ 'ਤੇ ਕਰ ਰੱਖਿਆ ਜੀ, ਫਿਰ ਇੱਥੇ ਲੜਾਈ ਝਗੜਾ ਕਰਦਾ ਸੀ, ਨਸ਼ੜੀ ਸੀਗਾ ਇਹ ਜਾਂ ਕੁਛ ਵੀ ਸੀ ਵਾਲਾ ਮੈਨੂੰ ਪਤਾ ਨਹੀਂ। ਅਤੇ ਗੱਲ ਕਰ ਵੀ ਇਹ ਹੁਣ ਮੁੰਡੇ ਨਾਲ ਬਹਿਸ ਕਰਦਾ ਸੀ, ਕਈ ਵਾਰੀ ਪਹਿਲਾਂ ਵੀ ਧਮਕੀਆਂ ਦਿੱਤੀਆਂ ਨੇ, ਹੁਣ ਇਹ ਮੁੰਡਾ ਸਾਡੇ ਕੋਲ ਨਾਨੇ ਕੋਲ ਹੀ ਰਹਿੰਦਾ ਸੀ ਆਪਦੇ ਕੋਲ, ਉਹੀ ਇਹਨੂੰ ਪਾਲਦੇ ਸੀ, ਇਹਨਾਂ ਨੇ ਸਕੂਲ ਲਾਇਆ ਸੀ, ਕੁੜੀ ਵੀ ਉੱਥੇ ਰਹਿੰਦੀ ਹੈ। ਅਤੇ ਹੁਣ ਇਹਨੇ ਸਕੂਲੋਂ ਛੁੱਟੀ ਆਉਂਦਾ ਚੱਕ ਲਿਆ ਮੁੜ ਕੇ, ਅਤੇ ਪਤਾ ਨਹੀਂ ਇਹਨੇ ਕੀ ਕਰਿਆ ਆਪਦੇ ਘਰੇ, ਜਦੋਂ ਮੁੰਡਿਆਂ ਨੇ ਇਹਨਾਂ ਨੇ ਰਾਤ ਨੂੰ ਪਤਾ ਲੱਗਿਆ, ਮੈਨੂੰ ਤਾਂ ਸਵੇਰੇ ਪਤਾ ਲੱਗਿਆ ਸੀ, ਇਹ ਰਾਤ ਨੂੰ ਭਾਲ ਭੂਲ ਕਰੀ, ਉੱਥੇ ਬੈਗ ਮਿਲਿਆ ਸਕੂਲ ਦਾ, ਉਹਦਾ ਬੈਗ ਤਾਂ ਉਹਨਾਂ ਨੂੰ ਸ਼ੱਕ ਹੋ ਗਿਆ, ਇਹਨੇ ਘਰ ਦਾ ਘੇਰਾ ਰੱਖਿਆ, ਇਹਨਾਂ ਨੇ ਪੁਲਿਸ ਬੁਲਾਈ ਅਤੇ ਉੱਥੋਂ ਹੀ ਲਾਸ਼ ਬਰਾਮਦ ਹੋਈ ਹੈ ਪੁਲਿਸ ਨੇ ਕਰੀ ਹੁਣ, ਉਹਨੂੰ ਕੁੱਟਿਆ ਮਾਰਿਆ ਵੀ ਬਹੁਤ ਹੈ ਅਤੇ ਪਤਾ ਨਹੀਂ ਉਹਨੂੰ ਕੀ ਦਿੱਤਾ, ਜ਼ਹਿਰ ਦਿੱਤੀ ਹੈ ਜਾਂ ਕੁਛ ਝੱਗ ਨਿਕਲੀ ਹੋਈ ਹੈ, ਸਾਰਾ ਸਰੀਰ ਉਹਦਾ ਨੀਲਾ ਹੋਇਆ ਹੋਇਆ ਹੈ, ਇਸ ਹਾਲਾਤ 'ਚ ਮਿਲੀ ਲਾਸ਼ ਜੀ। ਉਹ ਜਿਹੜਾ ਬੱਚੇ ਦਾ ਕਤਲ ਹੋਇਆ ਉਹ ਮੇਰਾ ਭਾਣਜਾ ਸੀ ਜੀ, ਅਤੇ ਉਹਦੇ ਡੈਡੀ ਨੇ ਉਹਦੀ ਹੱਤਿਆ ਕਰਤੀ ਜੀ, ਗਲ ਘੋਟ ਕੇ ਉਹਦੀ ਹੱਤਿਆ ਕੀਤੀ ਗਈ ਹੈ ਜੀ। ਅਤੇ ਸਾਡਾ ਜੋ ਮਤਲਬ ਬਣਦੀ ਕਾਰਵਾਈ ਆ, ਸਾਨੂੰ ਇਨਸਾਫ ਚਾਹੀਦਾ ਜੀ, ਜਿਹੜੇ ਉਹਦੇ ਨਾਲ ਬੰਦੇ ਅਪਰੂਵਲ ਨੇ ਜੀ ਸਾਰੇ ਬੰਦਿਆਂ 'ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੀ। ਇੱਕ ਲੇਡੀ ਨਾਲ ਦੱਸੀ ਜਾਂਦੀ ਹੈ ਜੀ, ਅਤੇ ਉਹ ਲੇਡੀ ਭੱਜ ਗਈ ਜੀ, ਪਤਾ ਨਹੀਂ ਕਿੱਧਰ ਆਈ ਕਿੱਧਰ ਨਹੀਂ, ਸਾਨੂੰ ਕੁਛ ਨਹੀਂ ਦੱਸਿਆ ਗਿਆ ਜੀ ਅਜੇ ਤੱਕ, ਉਹ ਕਿਤੇ ਵੀ ਲੇਡੀ ਜਾ ਨਾ, ਸਾਨੂੰ ਤਾਂ ਜੀ ਇਨਸਾਫ ਚਾਹੀਦਾ ਜੀ ਬਸ। ਹੋਰ ਕੌਣ ਬੰਦੇ ਆ ਜੀ? ਕੋਈ ਨਾਮ ਇੱਕ ਗੋਰੇ ਨਾਂ ਦਾ ਬੰਦਾ ਦੱਸਿਆ ਜਾਂਦਾ ਜੀ ਕਿ ਉਹ ਤਾਂ ਉੱਥੋਂ ਮਤਲਬ ਪੁਲਿਸ ਨੇ ਅਰੈਸਟ ਹੀ ਕਰ ਲਿਆ ਜੀ ਉਹ ਬੰਦਾ, ਤਾਂ ਗੁਰਪ੍ਰੀਤ ਵੀ ਅਰੈਸਟ ਆਈ ਅਤੇ ਗੋਰਾ ਵੀ ਅਰੈਸਟ ਆਈ।
ਉਹ ਗੋਰੇ ਦੇ ਘਰ ਵਾਲੀ ਹੈ ਜੀ ਜਿਹੜੀ ਭੱਜੀ ਹੈਗੀ। ਇੱਕ ਬੱਚੀ ਵੀ ਹੈ ਜੀ ਉਹਦੀ 15 ਸਾਲ ਦੀ ਜੀ। ਹੁਣ ਤੁਹਾਨੂੰ ਪੁਲਿਸ ਪ੍ਰਸ਼ਾਸਨ ਨੇ ਕੀ ਵਿਸ਼ਵਾਸ ਦਵਾਇਆ? ਹਜੇ ਤੱਕ ਤਾਂ ਜੀ ਬਸ ਇੱਕ ਖੜੇ ਹੈ ਜੀ, ਭਰੋਸਾ ਜੀ ਕਿ ਕੋਈ ਨਾ ਨਾਲ ਆਈ ਤੁਹਾਡੇ। ਬਾਕੀ ਦੇਖੋ ਜੀ, ਕੱਲ੍ਹ ਦੀ ਹੱਤਿਆ ਹੋਈ ਹੈ ਜੀ, ਹੈ ਨਾ ਜੀ। ਕੱਲ੍ਹ ਕਿੰਨੇ ਵਜੇ ਹੱਤਿਆ ਹੋਈ? ਕੱਲ੍ਹ ਲਗਭਗ 2:30 ਵਜੇ ਦੇ ਵਿੱਚ ਵਿੱਚ ਹੱਤਿਆ ਹੋਈ ਹੈ ਜੀ, ਸਕੂਲ ਟਾਈਮ ਦੇ। ਹਾਂਜੀ ਹਾਂਜੀ, ਸਕੂਲ ਟਾਈਮ ਦੇ, ਛੁੱਟੀ ਟਾਈਮ ਦੇ ਜੀ। ਤੁਹਾਨੂੰ ਕਿੰਨੇ ਵਜੇ ਪਤਾ ਲੱਗਦਾ? ਸਾਨੂੰ ਪਤਾ ਲੱਗਦਾ ਜੀ 4:30-5 ਵਜੇ ਜੀ, ਕਿ ਐਂ ਕਰਕੇ ਰਿਪੋਰਟ, ਜਦੋਂ ਰਿਪੋਰਟ ਦਿੱਤੀ ਜੀ ਕੀ ਪਤਾ ਲੱਗਿਆ ਸਾਨੂੰ ਜੀ। ਉਹਨਾਂ ਨੇ ਖਪਾਉਣ ਦੀ ਕੋਸ਼ਿਸ਼ ਵੀ ਕੀਤੀ ਜੀ? ਹਾਂਜੀ ਹਾਂਜੀ, ਬੋਡੀ ਨੂੰ ਖਪਾਉਣ ਦੀ, ਬੋਡੀ ਮਤਲਬ ਕਿ ਉਹਨੇ ਜੀ ਜਮ੍ਹਾਂ ਇਕੱਠੀ ਕਰਕੇ ਜੀ, ਜਵਾਕ ਦੀ ਬੋਡੀ ਕਿੱਡੀ ਕੁ ਹੁੰਦੀ ਹੈ ਜੀ, ਉਹਨੇ ਇਕੱਠੀ ਕਰਕੇ ਜੀ ਇੱਕ ਮਤਲਬ ਕੱਪੜੇ ਦੇ ਵਿੱਚ, ਪੋਤਲੀ ਦੇ ਵਿੱਚ ਪੈਕ ਕਰਕੇ ਜੀ, ਬੈਗ ਉਹਦੇ ਨਾਲ ਬੰਨਿਆ ਹੋਇਆ ਸੀ ਜੀ, ਬੂਟ ਉਹਦੇ ਉਵੇਂ, ਯੂਨੀਫਾਰਮ ਪਾਈ ਹੋਈ ਸੀ ਸਕੂਲ ਵਾਲੀ ਜੀ, ਸਾਰਾ ਕੁਛ ਉਵੇਂ ਸੀ ਜੀ। ਨੀਲ ਪਏ ਹੋਏ ਨੇ ਜੀ ਉਹਦੀ ਬੋਡੀ 'ਤੇ, ਸਾਰੀ ਬੋਡੀ ਜੀ ਨੀਲ ਪਏ ਹੋਏ ਨੇ ਜੀ ਉਹਦੇ। ਸਰ, ਗੱਲ ਇਹ ਸੀਗੀ ਵੀ ਇਹ ਬੱਚਾ ਸਰਕਾਰੀ ਸਕੂਲ ਦੇ ਵਿੱਚ ਪੜ੍ਹਦਾ ਸੀ, ਠੀਕ ਹੈ। ਇਹਨੇ ਮੰਨ ਲਓ ਸਰਕਾਰੀ ਸਕੂਲ ਦੇ ਵਿੱਚੋਂ ਮੁੰਡੇ ਨੂੰ ਮੰਨ ਲਓ ਵੀ ਘਰ ਲਿਆਂਦਾ ਆਪਦੇ ਛੁੱਟੀ ਟਾਈਮ, ਅਤੇ ਇਹਦਾ ਮੰਨ ਲਓ ਵੀ ਅਸੀਂ ਪੜਤਾਲ ਕੀਤੀ ਵੀ ਸਾਡਾ ਬੱਚਾ ਕਿੱਥੇ ਹੈ। ਸਕੂਲ ਦੇ ਬੱਚਿਆਂ ਨੇ ਦੱਸਿਆ ਵੀ ਇਹਦਾ ਜਿਹੜਾ ਮੰਨ ਲਓ ਵੀ ਫਲਾਨਾ ਬੰਦਾ, ਇਹਦਾ ਡੈਡੀ ਹੈ ਜਿਹੜਾ, ਉਹ ਲੈ ਗਿਆ ਲੈ ਗਿਆ। ਅਸੀਂ ਕੀਤੀ ਇਨਕੁਆਇਰੀ, ਜਦੋਂ ਅਸੀਂ ਗਏ ਥਾਣੇ, ਜਦੋਂ ਥਾਣੇ ਗਏ ਅਸੀਂ ਇਨਕੁਆਇਰੀ ਕਰਾਈ, ਅਸੀਂ ਮੰਨ ਲਓ ਪੁਲਿਸ ਨੂੰ ਘਰ ਲੈ ਕੇ ਆਏ। ਇੱਕ ਵਾਰੀ ਸਾਨੂੰ ਮਿਲਿਆ ਨਹੀਂ, ਦੂਸਰੀ ਵਾਰ ਗਏ ਇਹ ਸਾਨੂੰ ਮਿਲਿਆ ਘਰੋਂ, ਠੀਕ ਹੈ। ਇਨਕੁਆਇਰੀ ਤੋਂ ਬਾਅਦ ਜਦੋਂ ਘਰੋਂ ਮਿਲਿਆ ਸਾਨੂੰ ਇਹਨੂੰ ਥਾਣੇ ਲੈ ਗਏ, ਇਹਨੂੰ ਪੁੱਛਿਆ ਵੀ, ਉਦੋਂ ਬਾਅਦ ਇਹਨੂੰ ਕੌੜੀਵਾੜੇ ਲੈ ਗਏ। ਇਹ ਕਹਿੰਦਾ ਵੀ ਮੇਰਾ ਛੋਟਾ ਮੁੰਡਾ ਕੌੜੀਵਾੜੇ ਹੈ। ਜਦੋਂ ਵੱਡੇ ਭਾਈ ਜਦੋਂ ਉਹ ਗਏ ਉੱਥੇ ਕੌੜੀਵਾੜੇ ਉਹਨੂੰ ਲੈ ਕੇ ਗਏ ਉਹਨੂੰ, ਅਤੇ ਉਹ ਛੋਟੇ ਮੁੰਡੇ ਦੇ ਸਬੂਤ ਮਾੜੇ ਮੋਟੇ ਮਿਲੇ, ਠੀਕ ਹੈ। ਉਸ ਤੋਂ ਬਾਅਦ ਜਦੋਂ ਕੌੜੀਵਾੜੇ ਤੋਂ ਲੈ ਕੇ ਆਏ ਤਾਂ ਸਾਨੂੰ ਨਾ ਮੰਨ ਲਓ ਵੀ ਸਾਨੂੰ ਵਹਿਮ ਸੀਗਾ ਵੀ ਮੁੰਡਾ ਕਿਤੇ ਨਾ ਕਿਤੇ ਅੰਦਰ ਹੈ, ਵੀ ਮੁੰਡਾ ਸਾਡਾ ਜਿਉਂਦਾ। ਸਾਨੂੰ ਇਹ ਸੀਗਾ ਵੀ ਇਹਨੇ ਪਹਿਲਾਂ ਵੀ ਧਮਕੀਆਂ ਕਈ ਵਾਰ ਦਿੱਤੀਆਂ ਨੇ, ਸਾਡੇ ਵਿਹੜੇ 'ਚ ਆ ਕੇ ਵੀ ਦਿੱਤੀਆਂ ਨੇ, ਹੈ ਨਾ। ਵੀ ਸਾਨੂੰ ਆਏ ਸੀ ਵੀ ਮੁੰਡਾ ਕਿਤੇ ਜਿਉਂਦਾ, ਅਸੀਂ ਵੀ ਮੰਨ ਲਓ ਇਨਕੁਆਇਰੀ ਕੀਤੀ ਵੀ ਮੁੰਡਾ ਕਿੱਥੇ ਹੈ। ਜਦੋਂ ਮੰਨ ਲਓ ਵੀ ਇਹਨੂੰ ਥਾਣੇ ਲੈ ਗਏ, ਅਸੀਂ ਪਿੱਛੋਂ ਮੰਨ ਲਓ ਅਸੀਂ ਘਰ ਦੀ ਜਦੋਂ ਮੰਨ ਲਓ ਤਲਾਸ਼ੀ ਕੀਤੀ ਤਾਂ ਸਾਨੂੰ ਮੁੰਡੇ ਦੀ ਲਾਸ਼ ਬਰਾਮਦ ਹੋਈ। ਉਹ ਮੇਰਾ ਭਾਣਜਾ ਸੀਗਾ, ਅਤੇ ਮੇਰੀ ਭੈਣ ਪਹਿਲਾਂ ਕਿਤੇ ਵਿਆਹੀ ਹੋਈ ਸੀ, ਉੱਥੋਂ ਚੱਲ ਛੱਡ ਛੜਾ ਹੋ ਗਿਆ, ਨਹੀਂ ਨਹੀਂ ਪਿਆ। ਉੱਥੋਂ ਪਿੱਛੋਂ ਦੋ ਜਵਾਕ ਸੀਗੇ, ਇਹ ਛੋਟਾ ਜਿਹਾ ਸੀ, ਗੋਦੀ ਸੀਗਾ ਆਕਾਸ਼ਦੀਪ ਦਾ। ਅਤੇ ਜਦੋਂ ਉੱਥੋਂ ਨਵੇੜ ਹੋਇਆ ਤਾਂ ਅਸੀਂ ਨਾ ਇੱਥੇ ਹੀਰੇ ਵਾਲੇ ਗੁਰਪ੍ਰੀਤ ਨੂੰ ਇਹਨੂੰ ਇਹਦੇ ਨਾਲ ਸਹਿਮਤੀ ਨਾਲ ਗੁਰੂ ਘਰ ਝੰਡਾ ਸਾਹਿਬ ਦੇ ਉੱਥੋਂ ਤੋਰਤੀ ਸੀ ਇਹਦੇ ਨਾਲ। ਉੱਥੋਂ ਕਿ ਸਾਲ ਕੁ ਰਹਿਣ ਦੇ ਬਾਅਦ ਇਹਨਾਂ ਕੋਲ ਇੱਕ ਮੁੰਡਾ ਹੋਇਆ ਆਪਦਾ, ਜਿਹਦਾ ਨਾਮ ਕਿ ਜੋਤ ਆ, ਅਤੇ ਰਿੰਜਸਾਂ ਚੱਲ ਪਈਆਂ। ਇਹ ਜਵਾਕ ਸਹਿਮਤੀ ਨਾਲ ਗਏ ਹੋਏ ਸੀ ਇਹਦੇ ਨਾਲ। ਇਹ ਹੀਰੇ ਵਾਲੇ ਜੀ, ਹੀਰੇ ਵਾਲੇ ਰਹਿੰਦਾ ਸੀਗਾ ਉੱਥੋਂ। ਇਹ ਪਹਿਲਾਂ ਤਾਂ ਦਿਹਾੜੀ ਦੱਪੇ ਕਰਦੇ, ਚਲੋ ਜ਼ਮੀਨ ਆਉਂਦੀ ਸੀਗੀ ਇਹਨੂੰ 2 ਕਿੱਲੇ, ਅਤੇ ਉੱਥੋਂ ਇਹਨੇ ਫਿਰ ਜਦੋਂ ਆਪਦਾ ਬੱਚਾ ਹੋਇਆ ਇਹਦੇ ਕੋਲ ਰਿੰਜਸਾਂ ਸ਼ੁਰੂ ਹੋ ਗਈਆਂ। ਇਹ ਜਵਾਕਾਂ ਨੂੰ ਇੱਧਰ ਇਨਕਾਰ ਕਰਨ ਲੱਗ ਗਿਆ, ਸਾਡਿਆਂ ਨੂੰ ਇਨਕਾਰ ਕਰਨ ਲੱਗ ਗਿਆ। ਚਲੋ ਲੜਾਈਆਂ, ਅਸੀਂ ਜਵਾਕਾਂ ਨੂੰ ਇੱਥੇ ਲਿਆਏ, ਇੱਥੇ ਲਿਆਏ, ਇੱਥੇ ਸਕੂਲ ਲਾਇਆ, ਅਤੇ ਕੁਛ ਟਾਈਮ ਤੋਂ ਹੁਣ ਇਹ 4 ਸਾਲ ਤੋਂ ਇੱਥੇ ਹੀ ਰਹਿ ਰਿਹਾ ਸੀ। ਸਾਨੂੰ ਧਮਕੀਆਂ ਬਹੁਤ ਆਉਂਦੀਆਂ ਸੀਗੀਆਂ, ਕੁੜੀ ਨਾਲ ਲੜੋ ਲੜਾਈਆਂ ਕਰਦਾ ਰਹਿੰਦਾ ਸੀਗਾ, ਅਤੇ ਸਾਡਾ ਨਿਬੜ 9 ਸਾਲ ਕੁੜੀ ਰਹੀ ਇਹਦੇ ਘਰ। ਸਾਡਾ ਕੋਈ ਇਹ ਤੋਂ ਲੈਣ ਦੇਣ ਨਹੀਂ ਕੀਤਾ, ਕੁਛ ਵੀ ਨਹੀਂ। ਅਸੀਂ ਚੱਲ ਊਂ ਸਹਿਜਮਤੀ ਨਾਲ ਆਪਦਾ ਇੱਕ ਪਾਸਾ ਕਰਨ ਮਾਰਿਆ ਨੇ ਨਵੇੜਾ ਕਰ ਲਿਆ ਸੀਗਾ, ਨਵੇੜਾ ਕਰ ਲਿਆ ਸੀ। ਉਸ ਤੋਂ ਬਾਅਦ ਨਵੇੜੇ ਤੋਂ ਬਾਅਦ ਵੀ ਕਾਫੀ ਟਾਈਮ ਮੇਰੀਆਂ ਦਰਖਾਸਤਾਂ ਆਈਆਂ ਥਾਣੇ ਦੇ ਵਿੱਚ, ਬਹੁਤ ਜ਼ਿਆਦਾ ਮੈਂ ਦਰਖਾਸਤਾਂ ਦਿੱਤੀਆਂ ਜੀ। ਜਦੋਂ ਕੋਈ ਮਾੜੀ ਜਿਹੀ ਗੱਲ ਕਰਨੀ ਮੈਂ ਉਹਦੀ ਦਰਖਾਸਤ ਦੇ ਕੇ ਜਾਣੀ, ਸਭ ਤੋਂ ਪਹਿਲੀਆਂ ਜੇ ਕੋਈ ਊਂ ਵੀ ਗੱਲ ਕਰ ਦਿੰਦਾ ਮੈਂ ਤਾਂ ਵੀ ਆ ਕੇ ਥਾਣੇ ਦੇ ਵਿੱਚ ਦਰਖਾਸਤ ਦੇ ਕੇ ਜਾਣੀ। ਉਹ ਦਰਖਾਸਤਾਂ ਦਾ ਇਹਨੇ ਕੋਈ ਉਹ ਨਹੀਂ ਸਮਝਦਾ ਸੀਗਾ, ਮੇਨ ਮੁੱਦਾ ਨਹੀਂ ਸਮਝਦਾ। ਸਿੱਧੀ ਗੱਲ ਕਹਿੰਦਾ ਸੀਗਾ, ਮੇਰੇ ਕੋਲ ਰਿਕਾਰਡਿੰਗਾਂ ਪਈਆਂ, ਸਿੱਧੀ ਗੱਲ ਕਹਿੰਦਾ ਸੀ ਮੈਂ ਪੁਲਿਸ ਵਾਲੇ ਸਾਰੇ ਖਰੀਦ ਲੈਣਾ, ਸਿੱਧੀ ਗੱਲ ਜਿਹੜੀ ਇਹਨੇ ਕਹਿ ਕੇ ਰਿਕਾਰਡਿੰਗਾਂ ਪਾ ਕੇ ਮੈਨੂੰ ਮਾਰਨ ਦੀਆਂ ਧਮਕੀਆਂ ਦੀਆਂ ਮੁੰਡੇ ਨੂੰ ਇਹਨੇ ਸਿੱਧੀਆਂ ਮੈਨੂੰ ਰਿਕਾਰਡਿੰਗਾਂ ਪਾ ਰੱਖੀਆਂ ਸੀਗੀਆਂ। ਅਤੇ ਸਾਨੂੰ ਇਸ ਦਾ
ਪੱਕਾ ਕਨਫਰਮ ਨਹੀਂ ਸੀ ਵੀ ਸੱਚੀਓ ਵੀ ਆਪਦੇ ਜਵਾਕ ਨਾਲ ਵੀ ਬੰਦਾ ਇਹ ਕੰਮ ਕਰ ਦੂਗਾ। ਇਹ ਕੱਲ੍ਹ ਕੀ ਤਕਰੀਬਨ ਸਵੇਰੇ ਮੈਂ ਸਕੂਲ ਖੁਦ ਛੱਡ ਕੇ ਆਇਆ ਬੱਚੇ ਨੂੰ, 2 ਵਜੇ ਦੇ ਟਾਈਮ ਇਹ ਸਕੂਲੋਂ ਜਾ ਕੇ ਬੱਚੇ ਨੂੰ ਲੈ ਕੇ ਆਇਆ, ਕਿਉਂਕਿ ਆਪਦਾ ਜਿਹੜਾ ਇਹਦਾ ਆਪਦਾ ਮੁੰਡਾ ਸੀ ਉਹਨੂੰ ਕੀ ਇਹ ਭੱਲਣ ਵਾਲੇ ਛੱਡਿਆ, ਭੱਲਣ ਵਾਲੇ ਛੱਡ ਕੇ ਆ ਕੇ ਇਸ ਨੂੰ ਲਿਆ ਕੇ ਜਿਹੜੇ ਬੱਚੇ ਨੂੰ ਇਹਨੇ ਬੇਰਹਿਮੀ ਨਾਲ ਮਾਰਿਆ, ਕੰਬਲ ਦੇ ਵਿੱਚ ਬੈਗ ਲੁਕੋ ਕੇ ਗੰਢਾਂ ਲਾ ਕੇ ਵਿੱਚ ਪੂਰਾ ਕੁੱਟਮਾਰ ਕਰਕੇ ਬੱਚੇ ਨੂੰ ਮਾਰਿਆ ਗਿਆ ਗਾ। ਅਤੇ ਸਾਨੂੰ ਇਹਦਾ ਇਨਸਾਫ ਹੀ ਚਾਹੀਦਾ ਜੀ, ਮੈਂ ਕਹਿੰਦਾ ਵੱਧ ਤੋਂ ਵੱਧ ਇਹਦੀ ਕਾਰਵਾਈ ਕੀਤੀ ਜਾਵੇ। ਇੰਨੀ ਬੱਚਾ ਸਿਰਫ 10-11 ਸਾਲਾਂ ਦਾ ਸੀਗਾ ਜੀ, ਇਹਨੇ ਬਹੁਤ ਬੇਰਹਿਮੀ ਨਾਲ ਬੱਚੇ ਨੂੰ ਮਾਰਿਆ, ਨਸ਼ੀਲੀਆਂ ਚੀਜ਼ਾਂ ਖਵਾਈਆਂ ਗਈਆਂ ਅਤੇ ਕੁੱਟ ਬਹੁਤ ਕੀਤੀ ਗਈ ਹੈ ਜੀ ਜਵਾਕ ਨਾਲ। ਬੱਚਾ 6ਵੀਂ ਕਲਾਸ 'ਚ ਪੜ੍ਹਦਾ ਸੀ, ਸਕੂਲ ਦੇ ਗੇਟ ਅੱਗੋਂ ਇਹ ਲੈ ਕੇ ਆਇਆ ਜੀ, 6ਵੀਂ ਕਲਾਸ ਦੇ ਵਿੱਚ ਪੜ੍ਹਦਾ ਸੀਗਾ, ਸਕੂਲ ਦੇ ਅੱਗੋਂ ਖੁਦ ਲੈ ਕੇ ਆਈ ਇਹ ਜਵਾਕ ਨੂੰ ਕੋਈ ਚੀਜ਼ ਖਵਾ ਕੇ। ਦੂਜਾ ਜ਼ਿਆਦਾ ਸੀ ਕਿ ਭੱਲਣ ਵਾਲੇ ਲੈ ਕੇ ਗਏ, ਉੱਥੇ ਜਾ ਕੇ ਛੋਟੇ ਜਵਾਕ ਤੋਂ ਪੁੱਛ ਕੀਤੀ ਹੈਗੀ, ਉਹਨੇ ਬੱਚੇ ਨੇ ਪਹਿਲਾਂ ਇਹ ਕੁਛ ਵੀ ਨਹੀਂ ਮੰਨਦਾ ਸੀਗਾ, ਮੰਨਿਆ ਤਾਂ ਇਹ ਆਪ ਤਾਂ ਕੁਛ ਵੀ ਨਹੀਂ ਮੰਨਿਆ ਜੀ। ਅਤੇ ਉੱਥੋਂ ਜਦੋਂ ਬੱਚੇ ਨੇ ਦੱਸਿਆ ਵੀ ਇਹ ਘਰ ਆਇਆ ਸੀ, ਘਰ ਆਉਣ ਤੋਂ ਬਾਅਦ ਸਾਨੂੰ ਆ ਕੇ ਜਦੋਂ ਅਸੀਂ ਟਿਕੇ ਨਹੀਂ, ਫਿਰ ਜਾ ਕੇ ਆਪ ਦੇਖਿਆ, ਜਦੋਂ ਦੇਖ ਕੇ ਦੇਖਿਆ ਤਾਂ ਉੱਥੇ ਸਾਨੂੰ ਉਦੋਂ ਬਾਅਦ ਮੁਲਾਜ਼ਮ ਆ ਕੇ ਸਾਨੂੰ ਬਾਹਰ ਕਰ ਦਿੱਤਾ ਗਿਆ, ਛਾਣਬੀਨ ਚੱਲੀ ਆ ਵੀ ਫਿੰਗਰ ਹੋਣਗੇ ਇਹਨਾਂ ਦੇ, ਫਿੰਗਰ ਪ੍ਰਿੰਟ ਚੈੱਕ ਕੀਤੇ ਜਾਣਗੇ ਸਾਰਾ ਕੁਛ। ਉਸ ਤੋਂ ਬਾਅਦ ਅਸੀਂ ਡੈੱਡ ਬੋਡੀ ਆ ਹਸਪਤਾਲ ਭੇਜ ਦਿੱਤੀ ਜਿਹੜੇ ਇਹਦੇ ਨਾਲ, ਜਦੋਂ ਕਿ ਪੁਲਿਸ ਨੇ ਰੇਡ ਕੀਤੀ ਆ 3-4 ਬੁੜੀਆਂ ਨਿਕਲੀਆਂ ਸੀ, ਅਤੇ ਇੱਕ ਮੁੰਡਾ ਇਹਦੇ ਨਾਲ ਗੋਰਾ ਗੋਰਾ ਉਹ ਇਹਦੇ ਨਾਲ ਚਿੱਤੋ ਪਹਿਰੀ ਰਹਿੰਦਾ ਜੀ, ਅਤੇ ਕਾਫੀ ਇਨਵੋਲਵ ਨੇ। ਮੈਂ ਕਹਿੰਦਾ ਸਾਰਿਆਂ ਨੂੰ ਵਿੱਚ ਲਿਆ ਜਾਵੇ ਜੀ, ਅਤੇ ਸਾਨੂੰ ਵੱਧ ਤੋਂ ਵੱਧ ਇਨਸਾਫ ਦਿੱਤਾ ਜਾਵੇ। ਜਿਹੜਾ ਲੜਕਾ ਮਾਰਿਆ ਗਿਆ ਉਹ ਮੇਰਾ ਦੋਹਤਾ ਸੀ, ਇਹ ਗੁੱਡੀ ਮੇਰੀ ਪਹਿਲਾਂ ਰੋਡਾਂ ਵਾਲੀ ਵਿਆਹੀ ਸੀ, ਉੱਥੋਂ ਤਲਾਕ ਹੋ ਗਿਆ ਸੀ, 2 ਬੱਚੇ ਇਹਦੇ ਨਾਲ ਸੀਗੇ, ਇੱਕ ਬੱਚਾ ਇੱਥੇ ਆ ਕੇ ਇਸ ਗੁਰਪ੍ਰੀਤ ਦਾ ਹੋਇਆ ਸੀ, ਜਿਹੜਾ ਪਹਿਲਾਂ ਵਾਲਾ ਪ੍ਰਾਹੁਣਾ ਸੀ ਉਹਦਾ ਨਾਂ ਵੀ ਗੁਰਪ੍ਰੀਤ ਹੀ ਸੀ। ਇੱਥੋਂ ਇਹ ਦੋਨੇ ਬੱਚੇ ਮੈਂ ਆਪਦੇ ਕੋਲ ਰੱਖ ਲਏ, ਇਹ ਗੁੱਡੀ ਇੱਧਰ ਤੋਰਤੀ ਸੀ, ਇਹਨਾਂ ਦਾ ਹੁਣ ਦੁਬਾਰੇ ਰੌਲਾ ਰੱਟਾ ਪੈ ਗਿਆ, ਇਹਨੇ ਵਿਆਹ ਹੋਰ ਕਰਾ ਲਿਆ, ਮੈਂ ਗੁੱਡੀ ਨੂੰ ਆਪਦੇ ਕੋਲ ਲਿਜਾ ਕੇ ਰੱਖ ਲਿਆ। ਮੈਂ 2,000 ਰੁਪਇਆ ਮਹੀਨੇ ਦਾ ਕਿਰਾਇਆ ਦਿੰਦਾ ਸੀ ਅਤੇ ਗੁੱਡੀ ਨੂੰ ਉਹ ਕਰਦਾ ਸੀ, ਹੁਣ ਮੈਂ ਆਪਦੇ ਚੁਬਾਰੇ 'ਚ ਕੁੜੀ ਨੂੰ ਸਿਲੰਡਰ ਸਲੁੰਡਰ ਲਿਆ ਕੇ ਉੱਥੇ ਸੈੱਟ ਕਰ ਛੱਡੀ ਸੀ। ਮੁੰਡਾ ਸਕੂਲ 'ਚ ਜਾਂਦਾ ਇਹਨਾਂ ਦੇ ਬਾਰ ਅੱਗੋਂ ਦੀ ਜਾਂਦਾ ਸੀ, ਉੱਥੋਂ ਜਾਂਦੇ ਨੂੰ ਕਹਿੰਦਾ ਆ ਜਾ ਤੈਨੂੰ ਕੋਈ ਚੀਜ਼ ਦੇਵਾਂ ਐਂ ਕਰਾਂ, ਇਹ ਰੱਖ ਲਿਆ ਲਿਜਾ ਕੇ। ਕਿੰਨੇ ਸਾਲ ਦਾ ਬੱਚਾ ਜੀ? ਬੱਚਾ 11 ਸਾਲ ਦਾ ਜੀ, ਸਵੇਰੇ ਦਾ ਜਨਮ ਦਿਨ ਹੈ, 11ਵੇਂ ਸਾਲ ਦਾ ਜੀ, ਸਵੇਰੇ 11 ਸਾਲ ਦਾ ਬਣੂ। ਹਾਂ, ਇਹ ਬੱਚਾ ਤੁਹਾਡੇ ਕੋਲ ਹੀ ਰਹਿੰਦਾ ਸੀ ਕਿ ਪਿਤਾ ਕੋਲ ਜਾਂਦਾ ਸੀ? ਮੇਰੇ ਕੋਲ ਜੀ। ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਬੱਚਾ ਇਹਨੇ ਅੰਦਰ ਵਾੜ ਲਿਆ ਜਾਂ ਇਹਨੇ ਮਾਰਤਾ? ਸਾਨੂੰ ਜੀ ਜਿਹੜਾ ਇਹ ਤੋਂ ਛੋਟਾ ਮੁੰਡਾ ਸੀਗਾ ਉਹ ਇਹਦੇ ਕੋਲ ਛੱਡਿਆ ਸੀ, ਜਿਹੜਾ ਇਹਦਾ ਸੀ ਉਸ ਬੰਦੇ ਨੇ, ਉਹ ਜਵਾਕ ਨੇ ਪੁਲਿਸ ਨੂੰ ਦੱਸਿਆ ਵੀ ਐਂ ਕਰਕੇ ਸਾਡੇ ਘਰ ਆਇਆ ਸੀ ਸਕੂਲ ਤੋਂ ਛੁੱਟੀ ਤੋਂ ਬਾਅਦ ਇਹ ਲਿਆਇਆ, ਅਤੇ ਮੇਰਾ ਡੈਡੀ ਮੈਨੂੰ ਕਹਿੰਦਾ ਜਾ ਤੂੰ ਦੁੱਧ ਲਿਆ ਅਤੇ ਮੈਂ ਚਾਹ ਧਰਦਾ। ਉਹ ਇਹਨੂੰ ਲੈ ਕੇ ਅੰਦਰ ਵੜ ਗਿਆ, ਮੈਂ ਦੁੱਧ ਲੈਣ ਵੱਗ ਗਿਆ। ਜਦੋਂ ਮੈਂ ਦੁੱਧ ਲੈ ਕੇ ਆ ਗਿਆ ਉਦੋਂ ਨੇ ਉਵੇਂ ਜਿਕਰੀ ਚਾਹ ਬਿਨਾਂ ਦੁੱਧ ਤੋਂ ਹੀ ਛੱਡਤੀ, ਅਤੇ ਮੁੰਡਾ ਪਤਾ ਨਹੀਂ ਮੈਂ ਆਖਿਆ ਘਰ ਨੂੰ ਵੱਗ ਗਿਆ, ਹੁਣ ਇਹ ਮੈਨੂੰ ਲੈ ਕੇ ਭੱਲਣ ਵਾਲੇ ਛੱਡ ਗਿਆ। ਜਿਹੜਾ ਤੁਸੀਂ ਆਪਦਾ ਹੁਣ ਜਮਾਈ ਕਹਿੰਦੇ ਹੋ, ਮੰਨ ਲਓ ਤਲਾਕ ਹੋਇਆ ਸੀ ਬੇਸ਼ੱਕ, ਅਤੇ ਇਹ ਕੰਮ ਕਾਰ ਕੀ ਕਰਦਾ ਸੀ? ਕੰਮ ਕਾਰ ਇਹ ਚਿੱਟੇ ਚੁੱਟੇ ਦਾ ਕੰਮ ਅਤੇ ਹੋਰ ਕੈਪਸੂਲ ਵਗੈਰਾ ਵੇਚਦਾ ਸੀ, ਨਸ਼ੇ ਪੱਤੇ ਦਾ ਕੰਮ। ਨਸ਼ੇ ਪੱਤੇ ਦਾ ਕੰਮ ਕਰਦਾ ਇਹਦਾ? ਕੋਈ ਤੁਹਾਡੇ ਨਾਲ ਪਹਿਲਾਂ ਵੀ ਡਿਸਪਿਊਟ ਚੱਲਦਾ ਸੀਗਾ ਜੀ, ਕੋਈ ਝਗੜਾ ਵੀ ਚੱਲਦਾ ਸੀ? ਝਗੜਾ ਜੀ ਇਹਨੇ ਮੈਂ ਗੁੱਡੀ ਨੂੰ ਘਰੇ ਲੈ ਗਿਆ ਜੀ, ਵੀ ਚੱਲ ਰੌਲਾ ਰੱਟਾ ਬੰਦੇ ਦਾ ਹੋ ਹੀ ਜਾਂਦਾ ਹੈ। ਇਹਨੇ ਵਿਆਹ ਕਰਾ ਕੇ ਸਾਨੂੰ ਫੋਟੋ ਪਾਤੀ ਅਤੇ ਉੱਥੇ ਉਹ ਕਰੀ ਜਾਂਦਾ, ਸੰਧੂਰ ਲਾਈ ਜਾਂਦਾ, ਫਿਰ ਉਹ ਪੁਲਿਸ ਨੇ ਫੜ ਲੈ ਕੇ ਦਵੱਲੇ, ਫਿਰ ਇਹਨੇ ਹੋਰ ਵਿਆਹ ਕਰਾ ਲਿਆ, ਫਿਰ ਫੋਟੋ ਸਾਡੇ ਘਰੇ ਰਿਕਾਰਡਿੰਗ ਪਈ ਉਹ 3 ਵਿਆਹ ਕਰਾਏ। ਹੁਣ ਤੁਸੀਂ ਕੀ ਮੰਗ ਕਰਦੇ ਹੋ? ਮੰਗ ਤਾਂ ਜੀ ਹੁਣ ਇਨਸਾਫ ਤਾਂ ਹੋਣਾ ਚਾਹੀਦਾ ਜੀ, ਹੁਣ ਐਵੇਂ ਜਵਾਕ ਦਾ ਦੱਸੋ ਵੀ ਜੇ ਉਹਨੇ ਟੱਕਰ ਲੈਣੀ ਸੀ ਤਾਂ ਸਾਡੇ ਨਾਲ ਲੈਂਦਾ, ਫਿਰ ਦੇਖੀ ਜਾਂਦੀ ਜਿਵੇਂ ਹੁੰਦੀ,
ਆਹ ਮੁੰਡਾ ਮੇਰਾ ਗੱਭਰੂ ਹੈ ਇਹਦੇ ਨਾਲ ਜਾਂਦਾ ਉਹ ਬੱਚੇ ਤੋਂ ਮਾਰਨ ਨਾਲ ਕੀ ਮਸੂਮ ਤੋਂ ਕਹਿ ਜਦੋਂ ਕੱਲ੍ਹ ਸਾਡੇ SHO ਸਰਦੂਲਗੜ੍ਹ ਸਰਦਾਰ ਅੰਗਰੇਜ਼ ਸਿੰਘ ਰਾਤ ਨੂੰ ਗਸ਼ਤ 'ਤੇ ਸੀਗੇ ਤਾਂ ਇਹਨਾਂ ਪਾਸ ਵਕੀਲ ਸਿੰਘ ਪੁੱਤਰ ਪਾਲਾ ਸਿੰਘ ਨੇ ਆਪਣਾ ਬਿਆਨ ਲਿਖਾਇਆ ਵੀ ਸਾਡੀ ਲੜਕੀ ਇੱਥੇ ਸਰਦੂਲਗੜ੍ਹ ਵਾਰਡ ਨੰਬਰ 1 ਦੇ ਵਿੱਚ ਰਹਿੰਦੀ ਸੀਗੀ ਜਿਸ ਦੀ ਸੈਕਿੰਡ ਮੈਰਿਜ ਸੀ ਉਹਦੀ ਪਹਿਲੀ ਮੈਰਿਜ ਤੋਂ ਵੀ ਇੱਕ ਉਹਦੀ ਲੜਕੀ ਅਤੇ ਉਹਦਾ ਇੱਕ ਲੜਕਾ ਸੀਗਾ ਜੋ ਇਹਨਾਂ ਨਾਲ ਰਹਿੰਦੇ ਸੀ ਪਰ ਅੱਜ ਸਾਡਾ ਭਾਣਜਾ ਆਕਾਸ਼ਦੀਪ ਜਿਹਦੀ ਉਮਰ 11 ਸਾਲ ਆ ਅਤੇ 6ਵੀਂ ਜਮਾਤ ਵਿੱਚ ਪੜ੍ਹਦਾ ਸੀਗਾ ਉਹ ਘਰ ਨਹੀਂ ਆਇਆ ਤਾਂ ਅਸੀਂ ਲੱਭਦੇ ਲੱਭਦੇ ਜਦੋਂ ਆਪਣੀ ਲੜਕੀ ਦੇ ਘਰ ਪਹੁੰਚੇ ਤਾਂ ਸਾਡਾ ਜਵਾਈ ਗੁਰਪ੍ਰੀਤ ਸਿੰਘ ਸਾਨੂੰ ਗੁਰਦਿਆਲ ਸਿੰਘ ਜਿਹੜਾ ਸਾਡੀ ਲੜਕੀ ਦੇ ਪਹਿਲੇ ਬੱਚਿਆਂ ਨਾਲ ਨਫ਼ਰਤ ਕਰਦਾ ਸੀਗਾ ਆਕਾਸ਼ਦੀਪ ਦੇ ਗਲ ਦੇ ਵਿੱਚ ਪਰਨਾ ਪਾ ਕੇ ਉਸਨੂੰ ਦਾ ਗਲਾ ਘੁੱਟ ਰਿਹਾ ਸੀ ਅਤੇ ਜਾਂ ਅਸੀਂ ਜਦੋਂ ਜਾ ਕੇ ਇੱਕਦਮ ਦੇਖਿਆ ਤਾਂ ਉਹਨੇ ਪਰਨਾ ਉਹਦਾ ਇੱਕਦਮ ਛੱਡਤਾ ਅਤੇ ਜਿਸ ਦੇ ਕਾਰਨ ਬੱਚੇ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਸੀਂ ਰੌਲਾ ਪਾਇਆ ਤਾਂ ਉਹ ਸਾਨੂੰ ਗਲੀਆਂ ਕੋਠੇ ਉੱਪਰ ਦੀ ਚੜ੍ਹ ਕੇ ਭੱਜ ਗਿਆ ਅਤੇ ਇਸ ਸੰਬੰਧ ਦੇ ਵਿੱਚ ਮੁਕੱਦਮਾ ਦਰਜ ਕਰਕੇ ਤਫਤੀਸ਼ ਕੀਤੀ ਗਈ ਅਤੇ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਮਾਨਯੋਗ SSP ਸਾਹਿਬ ਦੇ ਹੁਕਮ ਮੁਤਾਬਕ ਵੱਖ ਵੱਖ ਪਾਰਟੀਆਂ ਬਣਾਈਆਂ ਗਈਆਂ ਪਾਰਟੀਆਂ ਬਣਾ ਕੇ ਦੋਸ਼ੀ ਨੂੰ ਅੱਜ ਅਸੀਂ ਕੁਛ ਹੀ ਸਮੇਂ ਦੇ ਵਿੱਚ ਮਿਹਨਤ ਨਾਲ SHO ਸਾਹਿਬ ਦੀ ਮਿਹਨਤ ਦੇ ਨਾਲ ਗ੍ਰਿਫਤਾਰ ਕਰ ਲਿਆ ਜਿਸ ਨੂੰ ਕੱਲ੍ਹ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ ਅਤੇ ਜਿਹੜਾ ਮਰਨ ਵਾਲਾ ਬੱਚਾ ਆਕਾਸ਼ਦੀਪ ਆ ਉਹਦਾ ਪੋਸਟਮਾਰਟਮ ਕਰਾਇਆ ਜਾ ਰਿਹਾ ਹਾਂਜੀ ਦੇਖੋ ਬਿਆਨ ਮੁਤਾਬਕ ਆ ਜਿਹੜਾ ਮਦਈ ਵੱਲੋਂ ਲਿਖਾਇਆ ਗਿਆ ਉਹਦੇ ਮੁਤਾਬਕ ਇਹ ਇਕੱਲਾ ਹੀ ਸੀਗਾ ਅਤੇ ਇੱਕ ਦੇ ਖਿਲਾਫ ਹੀ ਮੁਕੱਦਮਾ ਦਰਜ